ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਪੀ ਟ੍ਰਿਪਲ ਪਲਸ ਵੀ ਨੇ ਜੇਲ ਬਾਰਡਰ ਤੇ ਮੈਟਰਨ ਦਾ ਜਿਹੜਾ ਐਗਜ਼ਾਮ ਹੋਇਆ ਸੀ ਤੇ ਉਹਦੀ ਜਿਹੜੀ ਕੱਟ ਆਫ ਲਿਸਟ ਆ ਜਿਹੜੀ ਕਿ ਸ਼ਾਰਟ ਲਿਸਟ ਕੈਂਡੀਡੇਟਸ ਜਿਹੜੇ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਲਈ ਕਾਲ ਕੀਤੇ ਗਏ ਨੇ ਉਹ ਆਪਣੀ ਵੈਬਸਾਈਟ ਦੇ ਉੱਤੇ ਇਹਨਾਂ ਨੇ ਅੱਜ ਅਪਡੇਟ ਕਰਤੀ ਆ ਤੇ ਉਹ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਆਲਰੇਡੀ ਇਹਨਾਂ ਨੇ ਸਾਈਟ ਦੇ ਉੱਤੇ ਪਾਤਾ ਤੇ ਇਸ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਕੀ ਕੀ ਇਹਨਾਂ ਨੇ ਪਾਇਆ ਆ ਹਣਾ ਤੇ ਕਿੰਨੇ ਮਾਰਕਸ ਵਾਲੇ ਕੈਂਡੀਡੇਟਸ ਨੂੰ ਕਾਲ ਕੀਤੀ ਗਈ ਹੈ ਦੇਖੋ ਇੱਥੇ ਇਹਨਾਂ ਨੇ ਲਿਖਿਆ ਵੀ 27 28 29 ਅਗਸਤ ਨੂੰ ਪੇਪਰ ਜਿਹੜਾ ਲਿਆ ਗਿਆ ਸੀਗਾ ਇਹ ਨੋਰਮਲਾਈਜ਼ਡ ਮਾਰਕਸ ਉਹਦੇ ਆਲਰੇਡੀ ਅਪਲੋਡ ਕਰਤੇ ਸੀਗੇ ਤੇ 40 ਜਾਂ 40 ਤੋਂ ਵੱਧ ਨੰਬਰਾਂ ਵਾਲੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਜਿਹੜੀ ਲਿਸਟ ਆ ਉਹਨਾਂ ਨੂੰ ਸਰੀਰਕ ਮੈਪ ਟੈਸਟ ਲਈ ਜਿਹੜਾ ਉਹ ਬੁਲਾਇਆ ਜਾਂਦਾ ਤੇ 9 ਅਕਤੂਬਰ ਤੋਂ 14 ਅਕਤੂਬਰ ਤੱਕ ਇਹ ਜਿਹੜਾ ਫਿਜ਼ੀਕਲ ਟੈਸਟ ਹੈ ਇਹ ਕੰਡਕਟ ਕਰਵਾਇਆ ਜਾਊਗਾ ਚੰਡੀਗੜ੍ਹ ਦੇ ਵਿੱਚ ਸੈਕਟਰ 7 ਦੇ ਵਿੱਚ ਸਪੋਰਟਸ ਕੰਪਲੈਕਸ ਦੇ ਵਿੱਚ ਉਸ ਤੋਂ ਬਾਅਦ ਕੀ ਕੀ ਲੈ ਕੇ ਆਉਣਾ ਤੁਸੀਂ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਠੀਕਾ ਉਸ ਤੋਂ ਬਾਅਦ ਨਨੇ ਲਿਖਿਆ ਵੀ ਹੋਰ ਪਾਗ ਲੈਣ ਵਾਲੇ ਸਾਬਕਾ ਫੌਜੀਆਂ ਲਈ ਕੀ ਕੀ ਚੀਜ਼ਾਂ ਜ਼ਰੂਰੀ ਨੇ ਉਹ ਵੀ ਬਾਕੀ ਹੋਰ ਅਨਕਸ਼ਰ ਏ ਦੇ ਵਿੱਚ ਅੰਦਰਸਾਏ ਅਨੁਸਾਰ ਉਮੀਦਵਾਰਾਂ ਦੀ ਸ਼੍ਰੇਣੀਆਂ ਕਟ-ਆਫ ਮੈਰਿਟ ਬੇਸਡ ਔਨ ਨਾਰਮਲਾਈਜ਼ਡ ਮਾਰਕਸ ਬੜੇ ਹੀ ਸਾਵਧਾਨੀਪੂਰਵਕ ਬਣਾਈ ਗਈ ਹੈ ਤੇ ਫੇਰ ਵੀ ਕਹਿੰਦੇ ਜੇ ਕੋਈ ਕੋਈ ਤਰੋਟੀ ਰਹਿੰਦੀ ਆ ਤਾਂ ਉਹ ਸੋਧ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਚਲੋ ਹੁਣ ਆਪਾਂ ਵਿਦਆਊਟ ਫਰਦਰ ਡੂ ਅੱਗੇ ਦੇਖਦੇ ਆ ਅਨਖਰੇ ਅ ਦੇ ਵਿੱਚ ਆ ਦੇਖੋ ਇਹਨਾਂ ਨੇ ਹੁਣ ਕੱਟਆਫ ਜਿਹੜੀ ਪਾਈ ਹੈ ਹਨਾ ਤੇ ਥੋੜਾ ਜਿਹਾ ਕਈਆਂ ਨੂੰ ਹਰਾਨੀ ਵੀ ਹੋਊਗੀ ਕੱਟਆਫ ਦੇਖ ਕੇ ਪਰ ਚਲੋ ਕੋਈ ਨਹੀਂ ਆਪਾਂ ਉਹ ਵੀ ਡਿਸਕਸ ਕਰਦੇ ਆ ਵੀ ਕਿੱਦਾਂ ਕਿੱਦਾਂ ਇਹਨਾਂ ਨੇ ਕੀਤਾ ਹੈ ਆ ਦੇਖੋ ਆ ਹੈਗੇ ਇੱਧਰ ਮੇਲ ਕੈਂਡੀਡੇਟਸ ਤੇ ਇੱਧਰ ਫੀਮੇਲ ਕੈਂਡੀਡੇਟਸ ਜਨਰਲ ਕੈਟੇਗਰੀ 443 ਇਹ ਨਾਰਮਲਾਈਜ਼ਡ ਮਾਰਕਸ ਨੇ ਤੇ ਇੱਧਰ 401.55184 ਹੁਣ ਦੇਖੋ ਜਿਹੜੇ ਇਹ ਸਾਰੇ ਨੇ ਦੇਖੋ ਇੱਥੇ ਵੀ ਇਹੀ ਸੇਮ ਮਾਰਕਸ ਇੱਥੇ ਵੀ ਸੇਮ ਇੱਥੇ ਵੀ ਇੱਥੇ ਵੀ ਇਹਦਾ ਮਤਲਬ ਕੀ ਆ ਇਹਦਾ ਮਤਲਬ ਹੈ ਵੀ ਇਹ ਜਿਹੜਾ 401.55184 ਆ ਇਹ ਮਿਨੀਮਮ ਪਾਸਿੰਗ ਮਾਰਕਸ ਨੇ ਜਿਹੜੇ ਕਿ ਕੈਂਡੀਡੇਟਸ ਨੂੰ ਚਾਹੀਦੇ ਸੀਗੇ ਸ਼ਾਰਟ ਲਿਸਟ ਹੋਣ ਦੇ ਲਈ ਠੀਕ ਆ ਮਿਨੀਮਮ ਪਾਸਿੰਗ ਮਾਰਕਸ ਮਤਲਬ ਕਿ ਉਹਨਾਂ ਕੋਲੇ ਉਹਨੇ ਫੀਮੇਲ ਕੈਂਡੀਡੇਟਸ ਨਹੀਂ ਆਏ ਮੈਟਰਨ ਦੇ ਵਿੱਚ ਹਨ ਤੇ ਫਿਰ ਇਹਨਾਂ ਨੇ ਉਹ 401 ਵਾਲੇ ਨੇ ਜਿਹੜੇ ਇਹ ਇਹ ਕਾਲ ਕੀਤੇ ਆ ਠੀਕ ਆ ਤੇ ਇਹ ਸਾਰੇ ਦੇਖੋ ਮੈਟਰਨ ਦੇ ਵਿੱਚ ਆਪਾਂ ਜਦੋਂ ਦੇਖਦੇ ਆ ਇੱਥੇ ਤੱਕ ਸਾਰਾ ਸੇਮ ਆ ਠੀਕ ਆ ਇਹ ਮਤਲਬ ਕਿ ਇਹ ਸ਼੍ਰੇਣੀ ਦੇ ਕੈਂਡੀਡੇਟਸ ਦੇ ਮਿਨਿਮਮ ਪਾਸਿੰਗ ਮਾਰਕਸ ਵਾਲੇ ਤੋਂ ਅਬਵ ਹੀ ਇਹਨਾਂ ਨੇ ਕਾਲ ਕਰ ਲਏ ਨੇ ਠੀਕ ਆ ਉਸ ਤੋਂ ਬਾਅਦ ਜੇ ਆਪਾਂ ਉਹਦੇ ਵਿੱਚ ਦੇਖੀਏ ਬਾਡਰ ਦੇ ਵਿੱਚ ਦੇਖੀਏ ਤਾਂ ਜਨਰਲ ਦੀ ਕਟ-ਆਫ ਜਿਹੜੀ 443 ਆ ਈਡਬਲਯੂਐਸ ਦੀ 492 ਆ ਤੇ ਐਸਸੀ ਰਮਦਾਸੀ ਇਹਨਾਂ ਦੀ ਆਪਣਾ 541 ਹੈ ਨਾ ਤੇ ਅਮੀ bc ਦੀ 592 ਹੁਣ ਵੀ ਸਟੂਡੈਂਟ ਸੋਚਣਗੇ ਵੀ ਇਹ ਇਦਾਂ ਕਿਵੇਂ ਹੋ ਗਿਆ ਹਨਾ ਵੀ ਜਨਰਲ ਤੋਂ ਜ਼ਿਆਦਾ ਕਟ-ਆਫ ਕਿਵੇਂ ਜਾ ਸਕਦੀ ਹੈ ਪਰ ਇਹ ਦੇ ਵਿੱਚ ਗੱਲ ਇਹ ਹੈ ਵੀ ਇਹ ਜਿਹੜੇ ਮਤਲਬ ਇਹਨਾਂ ਨੇ ਡਿਸਾਈਡ ਕੀਤਾ ਹੋਇਆ ਇਹਦੇ ਵਿੱਚ ਅ ਜਿਹੜਾ ਮਤਲਬ ਫਿਜ਼ੀਕਲ ਜਿਵੇਂ ਐਗਜ਼ਾਮ ਜਿਹੜਾ ਵੀ ਕੋਈ ਕੰਡਕਟ ਕਰਵਾਉਣਾ ਹੁੰਦਾ ਜਾਂ ਜਿਹੜੇ ਵੀ ਐਗਜ਼ਾਮ ਕਈ ਸਟੇजेस ਦੇ ਵਿੱਚ ਕੰਡਕਟ ਹੁੰਦੇ ਨੇ ਹਨਾ ਤੇ ਉਹਦੇ ਵਿੱਚ ਮਤਲਬ ਕਿ ਉਹਦੇ ਵਿੱਚ ਆਪਾਂ ਕੋਈ ਕਹੇ ਦੀ ਹੈ ਵੀ ਕੋਈ ਸਪੈਸੀਫਿਕ ਕੋਟੇ ਦੇ ਅਕੋਰਡਿੰਗ ਇਹਨਾਂ ਨੇ ਕੋਈ ਉਹ ਨਹੀਂ ਕਰਨਾ ਹੁੰਦਾ ਮਤਲਬ ਕਿ ਬਾਈਫਰਕੇਸ਼ਨ ਤੇ ਹੁਣ ਜਿਵੇਂ ਕਿ ਜਿਹੜਾ ਨੇ ਜਿਹੜੇ ਕੈਂਡੀਡੇਟਸ ਨੇ ਜਨਰਲ ਦੇ ਵਿੱਚ ਅਪਲਾਈ ਕੀਤਾ ਸੀ ਤਾਂ ਉਹਦੀ ਜਿਹੜੀ ਮਤਲਬ ਕਿ ਇੱਕ ਕਟ-ਆਫ ਲਿਸਟ ਜਿਹੜੀ ਇਹਨਾਂ ਨੇ ਤਿਆਰ ਕੀਤੀ ਆ ਉਹ ਸਿਰਫ ਜਨਰਲ ਕੈਂਡੀਡੇਟਸ ਦੇ ਨਾਲ ਹੀ ਇਹਨਾਂ ਨੇ ਕੰਪੇਅਰ ਕਰਕੇ ਕੀਤੀ ਆ ਤੇ ਦੂਜੀ ਗੱਲ ਇਹ ਵੀ ਆ ਵੀ ਜਿਹੜੇ ਜਨਰਲ ਦੀਆਂ ਪੋਸਟਾਂ ਨੇ ਹਮੇਸ਼ਾ ਜ਼ਿਆਦਾ ਹੁੰਦੀਆਂ ਨੇ ਹਨਾ ਤਾਂ ਉਹਦੇ ਵਿੱਚ ਉਹ ਆਟੋਮੈਟਿਕਲੀ ਕਟਆਫ ਕਈ ਵਾਰ ਥੱਲੇ ਆ ਜਾਂਦੀ ਹੈ ਜਿਵੇਂ ای ڈبلیو ایس ਦੀਆਂ ਪੋਸਟਾਂ ਘੱਟ ਹੋਣੀਆਂ ਠੀਕ ਆ ਘੱਟ ਓਬਵੀਅਸਲੀ ਹੋਣਗੀਆਂ ਘੱਟ ਹੋਣ ਤੇ ਕਰਕੇ ਜਿਹੜੇ ਮਤਲਬ ਕਿ ਬੱਚਿਆਂ ਨੇ ای ڈبلیو ایس ক্যাਟੇਗਰੀ ਦੇ ਵਿੱਚ ਅਪਲਾਈ ਕੀਤਾ ਸੀ ਉਹਨਾਂ ਨੂੰ ਸਿਰਫ ਕਿ ای ڈبلیو ایس ਦੇ ਅਗੇਂਸਟ ਹੀ ਕਨਸੀਡਰ ਕਰਕੇ ਫਿਜ਼ੀਕਲੀ ਕਾਲ ਕੀਤੀ ਜਾਂਦੀ ਹੈ ਠੀਕ ਹੈ ਜੀ ਤੇ ਸਮਝ ਗਏ ਤੇ ਇਦਾਂ ਹੀ ਦੇਖੋ ਐਸ ਸੀ ਰਮਦਾਸੀ ਇਹ ਤੇ ਬੀ ਸੀ ਵੀ ক্যাਟੇਗਰੀ ਦੇ ਵਿੱਚ ਵੀ ਇਦਾਂ ਹੀ ਹੋਇਆ ਤੇ ਪੋਸਟਾਂ ਕੱਟ ਹੋਣਗੀਆਂ ਤੇ ਹੁਣ ਬੱਚੇ ਕਰ ਦਿੰਦੇ ਨੇ ਵੀ ਹਾਂ ਬੈਨੀਫਿਟ ਮਿਲੂਗਾ ਕੋਟੇ ਦਾ 노 ਡਾਊਟ ਬੈਨੀਫਿਟ ਮਿਲੂਗਾ ਪਰ ਉਹ ਫਾਈਨਲ ਦੇ ਵਿੱਚ ਮਿਲੂਗਾ ਠੀਕ ਆ ਜਦੋਂ ਕਿ ਇੱਕ ਫਾਈਨਲ ਮੈਰਿਟ ਲਿਸਟ ਆਫਟਰ ਦਾ ਫਿਜ਼ੀਕਲ ਹੈ ਸਾਰਾ ਕੁਝ ਕਰ ਕਰਾ ਕੇ ਫਿਰ ਜਿਹੜੀ ਮੈਰਿਟ ਲਿਸਟ ਬਣੂਗੀ ਤੇ ਮਤਲਬ ਕਿ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਪਹਿਲਾਂ ਤੇ ਉਹ ਜਿਹੜੀ ਬਣੂਗੀ ਉਹਦੇ ਵਿੱਚ 노 ਡਾਊਟ ਜਨਰਲ ਦੀ ਕੈਟੇਗਰੀ ਜਿਹੜੀ ਮਤਲਬ ਕੱਟ ਆਫ ਆ ਉਹ ਹਾਈਸਟ ਹੋਊਗੀ ਉਹ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਪਰ ਇਸ ਸਟੇਜ ਦੇ ਵਿੱਚ ਕਰੰਟ ਸਟੇਜ ਦੇ ਵਿੱਚ ਮਤਲਬ ਕਿ ਇਹ ਜਿਹੜੀ ਕੱਟ ਆਫ ਆ ਇਹ ਉੱਪਰ ਜਾਣੀ ਸੁਭਾਵਿਕ ਸੀਗੀ ਮਤਲਬ ਕਿ ਵੀ ਤੁਸੀਂ ਆਪ ਹੀ ਦੇਖ ਸਕਦੇ ਹੋ ਹੁਣ ਕਿੰਨਾ ਫਰਕ ਪੈ ਗਿਆ ਹਨਾ 592 ਕਿੱਥੇ ਕਿੱਥੇ 443 ਪਰ ਚਲੋ ਕੋਈ ਗੱਲ ਨਹੀਂ ਤੇ ਕਦੇ ਹੋ ਜਾਂਦਾ ਠੀਕ ਆ ਇਦਾਂ ਵੀ ਹੁੰਦਾ ਹੀ ਆ ਮਤਲਬ ਕਿ ਹੁਣ ਕੈਂਡੀਡੇਟ ਸੋਚਣਗੇ ਵੀ ਸਾਨੂੰ ਸ਼ਾਇਦ ਕੋਈ ਨੁਕਸਾਨ ਹੋ ਗਿਆ ਵੀ categories ਦੇ ਵਿੱਚ ਫਿਲ ਕਰਨ ਨਾਲ ਜਾਂ ਵੀ ਅਸੀਂ ਸ਼ਾਰਟਲਿਸਟ ਨਹੀਂ ਹੋਏ ਪਰ ਇਹਦੇ ਵਿੱਚ ਮਤਲਬ ਬੋਰਡ ਦਾ ਵੀ ਕੋਈ ਨਾ ਆਪਾਂ ਕਸੂਰ ਨਹੀਂ ਕਹਿ ਸਕਦੇ ਕਿਉਂਕਿ ਇਹ ਇੱਕ ਪ੍ਰੀ ਸਟੇਜ ਮੰਨ ਲਓ ਜਿਵੇਂ ਪ੍ਰੀ ਤੇ ਮੇਨਜ਼ ਹੁੰਦੇ ਹਨ ਨਾ ਐਵੇਂ ਇਹਨਾਂ ਨੇ ਇੱਕ ਬਾਈਫਰਕੇਟ ਕਰਕੇ ਹੁਣ ਸੈਕੰਡ ਸਟੇਜ ਦੇ ਲਈ ਕਾਲ ਕਰਨੀ ਸੀ ਉਹਦੇ ਵਿੱਚ ਜਿਹੜੇ ਵੀ ਮਤਲਬ ਕੈਂਡੀਡੇਟਸ ਹੁਣ ਆਉਂਦੇ ਸੀਗੇ ਫਾਲ ਕਰਦੇ ਸੀ ਜਨਰਲ ਦੀਆਂ ਪੋਸਟਾਂ ਵੱਧ ਹੋਣ ਕਰਕੇ ਠੀਕ ਆ ਉਹਦੇ ਅਗੇਂਸਟ ਜਿੰਨੇ ਇਹਨਾਂ ਨੇ ਕੈਂਡੀਡੇਟਸ ਕਾਲ ਕਰਨੇ ਸੀਗੇ ਉਹ 443 ਦੇ ਵਿੱਚ ਜਾ ਕੇ ਫਾਲ ਕਰਦੇ ਸੀ ਤੇ ਐਵੇਂ ਹੀ BC ਦੇ ਵਿੱਚ ਹਨ ਤੇ ਬਾਕੀ categories ਦੀ ਵੀ ਤੁਸੀਂ ਕੱਟਆਫ ਦੇਖ ਸਕਦੇ ਹੋ ਜਿਹਦੀ ਦੇਖਣੀ ਹੈ ਠੀਕ ਆ ਤੇ ਜਿਨ੍ਹਾਂ ਦਾ ਦੇਖੋ ਹੋਇਆ ਉਹਨਾਂ ਨੂੰ ਬਹੁਤ ਵਧੀਆ ਚਲੋ ਆਪਣੀ ਮਿਹਨਤ ਕਰਕੇ ਫਿਜ਼ੀਕਲ ਦੇਣ ਵਧਾਈਆਂ ਸਾਰਿਆਂ ਨੂੰ ਬਾਕੀ ਕੋਈ ਨਹੀਂ ਕੀ ਜਿਹਦੇ ਨੇੜੇ ਦੇੜੇ ਇਲਾਕੇ ਜੋ ਰਹਿ ਗਏ ਕੋਈ ਇੰਨਾ ਕੋਈ ਨਮੂਸ਼ੀ ਦੀ ਕੋਈ ਉਹਨਾਂ ਨੂੰ ਲੋੜ ਹੈ ਨਹੀਂ ਹਨਾ ਕਿਉਂਕਿ ਅੱਗੇ ਵੀ ਹੋਰ ਵੀ ਵੈਕੈਂਸੀਆਂ ਚਲੋ ਹੈਗੀਆਂ ਹੋਰ ਹਲੇ ਕਈਆਂ ਨੇ ਕਨਸਟੇਬਲ ਦੇ ਪੇਪਰ ਦੇ ਵਿੱਚ ਵਧੀਆ ਸਕੋਰ ਕੀਤਾ ਹੋਊ ਕਈਆਂ ਦਾ ਉਧਰ ਹੋ ਜਾਣਾ ਕਈਆਂ ਦਾ ਪਟਵਾਰੀ ਚ ਹੋ ਜਾਣਾ ਕਈਆਂ ਦਾ ਕੋਆਪਰੇਟਿਵ ਬੈਂਕ ਚ ਹੋ ਜਾਣਾ ਮਤਲਬ ਲਗਭਗ ਸਾਰੇ ਜਿਹੜੇ ਮੈਂਦ ਕਰ ਰਹੇ ਨੇ ਕਿਸੇ ਨਾ ਕਿਸੇ ਪਾਸੇ ਐਡਜਸਟ ਹੋ ਜਾਣਗੇ। ਬਾਕੀ ਚੈਨਲ ਦੇ ਉੱਤੇ ਵੀ ਕੰਟੈਂਟ ਅਵੇਲੇਬਲ ਹੈਗਾ। ਠੀਕ ਆ ਜੇ ਤੁਹਾਨੂੰ ਇਦਾਂ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਪਲੀਜ਼ ਇਹਨਾਂ ਨੂੰ ਸ਼ੇਅਰ ਕਰਦੇ ਅਗਰੋ ਠੀਕ ਆ ਬਾਕੀ ਵੱਧ ਤੋਂ ਵੱਧ ਲਾਈਕ ਕਰੋ ਜੇ ਨਹੀਂ ਪਸੰਦ ਆਉਂਦੀ ਡਿਸਲਾਈਕ ਵੀ ਕਰ ਸਕਦੇ ਹੋ ਠੀਕ ਆ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਨਾਲ ਦੀ ਨਾਲ ਟਾਈਮਲੀ ਨੋਟੀਫਿਕੇਸ਼ਨ ਮਿਲ ਸਕੇ ਕਿਉਂਕਿ ਜਿਹੜੇ ਆਪਣੇ ਵਿਊਅਰਸ ਨੇ ਉਹ ਮੋਸਟਲੀ ਨਾਟ ਸਬਸਕ੍ਰਾਈਬਡ ਨੇ ਠੀਕ ਆ ਜੇ ਤੁਸੀਂ ਚੰ ਵਧੀਆ ਗੱਲ ਹੋਊਗੀ ਚਲੋ ਬਾਕੀ ਕਿਸੇ ਤਰ੍ਹਾਂ ਦੀ ਕੋਈ ਕੁਐਰੀ ਹੁੰਦੀ ਆ ਜਾਂ ਕੋਈ ਸਪੈਸੀਫਿਕ ਕਿਸੇ ਟਾਪਿਕ ਤੇ ਵੀਡੀਓ ਚਾਹੀਦੀ ਆ ਪਲੀਜ਼ ਤੁਸੀਂ ਫ੍ਰੀ ਫ੍ਰੀ ਟੂ ਕਮੈਂਟ ਤੇ ਉਹ ਵੀ ਆਪਾਂ ਕਰਾਂਗੇ ਤੇ ਬਾਕੀ ਠੀਕ ਆ ਜੀ 올 ది ਬੈਸਟ ਸਾਰਿਆਂ ਨੂੰ ਤੇ ਹੁਣ ਜਿਨ੍ਹਾਂ ਦਾ ਨਹੀਂ ਹੋਇਆ ਉਹ ਅੱਗੇ ਆਪਣਾ ਤਿਆਰੀ ਖਿੱਚ ਕੇ ਰੱਖੋ ਠੀਕ ਆ ਬਥੇਰੇ ਸੋਰਸਸ ਅਵੇਲੇਬਲ ਹੈਗੇ ਆਨਲਾਈਨ ਆਫਲਾਈਨ ਸਾਰੇ ਕਿਤੋਂ ਜਿੱਥੋਂ ਵੀ ਲੱਗਦਾ ਉੱਥੋਂ ਪੜੋ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਹੋਪਫੁਲੀ ਇਸ ਵੀਡੀਓ ਦੀਆਂ ਜਿਹੜੀਆਂ ਮਤਲਬ ਕਿ ਡਾਊਟ ਸੀਗੇ ਉਹ ਸਾਰੇ ਇੱਕ ਕਲੀਅਰ ਹੋ ਗਏ ਹੋਣਗੇ ਹਨਾ ਠੀਕ ਹੈ ਜੀ ਟੇਕ ਕੇਅਰ ਸਤਿ ਸ੍ਰੀ ਅਕਾਲ